ਜੋੜ ਕੇ ਨਿੱਘੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਅੱਜ ਦੇ ਮੰਗਲਵਾਰ ਦੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟਰੇਸੀ, ਜੱਸੀ ਗਿੱਲ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ ਸੈਂਟਾਨੈਲਾ ਅਤੇ ਮੰਡੇਲਾ ਦੇ ਵਿੱਚ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨੰਬਰ 209-277-0113 ਦੇ ਉੱਤੇ, ਨਾਲ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨੌਨ ਵੈਜ, ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 13-13 ਇਸਤੇਮਾਲ ਕਰ ਸਕਦੇ ਹੋ। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਅਜੀਤ ਟਵਾਲ 559-347-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-9898 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਦੀ ਹੁਣਾਂ ਨੇ ਕਰਤਾਰਪੁਰ ਸਾਹਿਬ ਦੇ ਪਾਕਿਸਤਾਨ ਵਿੱਚ ਜਾਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਹੁਣ ਨਰਿੰਦਰ ਮੋਦੀ ਸਾਹਿਬ ਇਤਿਹਾਸ ਨੂੰ ਪੈਣਗੇ, ਜਦੋਂ ਕੋਈ ਚੋਣਾਂ ਆਉਂਦੀਆਂ ਨਾ ਇਹਨਾਂ ਨੂੰ ਫਿਰ ਇਤਿਹਾਸ ਦੇ ਨਾਲ ਥੋੜਾ ਜਿਹਾ ਕਿਉਂ ਪਿਆਰ ਜਾਗ ਪੈਂਦਾ। ਇਤਿਹਾਸ ਫਿਰ ਤੁਹਾਨੂੰ ਪਤਾ ਜਿਸ ਤਰੀਕੇ ਨਾਲ ਇਹ ਗਿੱਚੀਓ ਫੜ ਕੇ ਗੋਡਿਆਂ ਥੱਲੇ ਲੈਂਦੇ ਆ, ਤਰ੍ਹਾਂ ਤਰ੍ਹਾਂ ਕਰਾ ਦਿੰਦੇ ਆ। ਤੁਹਾਨੂੰ ਯਾਦ ਹੋਣਾ ਇੱਕ ਵੇਲੇ ਤੇ ਇਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਬਾਬਾ ਨਾਨਕ, ਫਰੀਦ ਤੇ ਕਬੀਰ ਇਕੱਠੇ ਚਰਚਾ ਕਰਿਆ ਕਰਦੇ ਸੀ, ਜਦਕਿ ਇਹਨਾਂ ਦੇ ਜੀਵਨ ਕਾਲ ਦਾ ਸਦੀਆਂ ਦਾ ਅੰਤਰ ਹੈ ਜੀ। ਖੈਰ, ਹੁਣ ਇਹਨਾਂ ਨੇ ਇੱਕ ਵਾਰੀ ਫਿਰ ਇਤਿਹਾਸ ਨੂੰ ਹਲੂਣਾ ਦਿੱਤਾ, ਗਿਆਨ ਦੇ ਗੱਲ ਦੇ ਵਿੱਚ ਸੰਗਲ ਪਾਇਆ। ਤਾਂ ਇਹਨਾਂ ਨੇ ਐਤਕੀ ਜਿਹੜੀ ਗੱਲ ਕੀਤੀ ਆ, ਉਹ ਜਜ਼ਬਾਤੀ ਮੁੱਦਾ, ਜਿਹੜਾ ਧਰਮ ਦਾ ਮੁੱਦਾ, ਜਿਹੜਾ ਆਸਥਾ ਦਾ ਮੁੱਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ, ਉਹਨੂੰ ਲੈ ਕੇ ਕੀਤੀ ਆ। ਕਿਉਂਕਿ ਜਿਹੜਾ ਹਲਕਾ ਜਿੱਥੇ ਇਹ ਰੈਲੀ ਕਰਦੇ ਪਏ ਸੀਗੇ, ਉਹ ਹਲਕਾ ਆ ਜਿਹੜਾ ਹੈ ਤੇ ਰਾਜਸਥਾਨ ਦੇ ਵਿੱਚ ਆ, ਪਰ ਉੱਥੇ ਬਹੁਤ ਵੱਡੀ ਗਿਣਤੀ ਹੈ ਜਿਹੜੀ ਉਹ ਸਿੱਖ ਭਾਈਚਾਰੇ ਦੀ ਆ, ਪੰਜਾਬੀ ਭਾਈਚਾਰੇ ਦੀ, ਯਾਨੀ ਹਨੂਮਾਨਗੜ੍ਹ ਜਿਹੜਾ। ਤੇ ਅੱਜ ਉੱਥੇ ਰੈਲੀ ਕਰਦੇ ਪਏ ਸੀ, 7 ਤਰੀਕ ਨੂੰ ਇੱਥੇ ਵੋਟਾਂ ਪੈਣੀਆਂ ਨੇ ਰਾਜਸਥਾਨ ਦੇ ਵਿੱਚ, ਉਸ ਤੋਂ ਪਹਿਲਾਂ ਹੁਣ ਅੰਤਲੇ ਗੇੜ ਦੇ ਵਿੱਚ ਹੀ ਆ ਚੋਣ ਮੁਹਿੰਮ ਇਹਨਾਂ ਦੀ। ਇਹਨਾਂ ਨੇ ਫਿਰ ਸਾਰਾ ਜ਼ੋਰ ਲਾ ਦਿੱਤਾ, ਜਿਸ ਹਿਸਾਬ ਦੇ ਨਾਲ ਵਸੂਆਂ, ਜਿਸ ਹਿਸਾਬ ਦੇ ਨਾਲ ਵੋਟ ਆ, ਉਸ ਹਿਸਾਬ ਦੇ ਨਾਲ ਹੁਣ ਮੁੱਦੇ ਆ ਜਿਹੜੇ ਖਰੋਚ ਕੇ ਲਈ ਆਉਂਦੇ ਆ। ਤੇ ਇਹਨਾਂ ਨੇ ਕਿਹਾ ਕਿ ਇਹ ਸਾਰਾ ਜਿਹੜਾ ਕੀਤਾ ਕਰਾਇਆ ਸੀਗਾ, ਇਹ ਕਾਂਗਰਸ ਦੀ ਨਾ ਅਹਿਲੀਅਤ ਸੀਗੀ, ਜਿਸ ਕਰਕੇ ਇਹ ਕਰਤਾਰਪੁਰ ਸਾਹਿਬ ਆ ਜਿਹੜਾ ਉਹ ਪਾਕਿਸਤਾਨ ਚ ਚਲੇ ਗਿਆ, ਇਹਨਾਂ ਦੀ ਕੀਤੀ ਦਾ ਸਾਨੂੰ ਸਿੱਟਾ ਭੁਗਤਣਾ ਪੈ ਗਿਆ। ਤੇ ਉਹ ਕਹਿੰਦੇ ਆ ਕਿ ਇਹ ਜਿਹੜੀ ਕਾਂਗਰਸ ਦੀ ਗਲਤੀ, ਇਹਨੂੰ ਠੀਕ ਕਰਨ ਦਾ ਕੰਮ ਮੇਰੇ ਨਸੀਬ ਦੇ ਵਿੱਚ ਆਇਆ, ਤੇ ਮੇਰਾ ਨਸੀਬ ਮੇਰੀ ਹੱਥ ਦੀਆਂ ਲਕੀਰਾਂ, ਬਲਕਿ ਕਹਿੰਦੇ ਕਿ ਮੇਰੇ ਹੱਥ ਦੀਆਂ ਲਕੀਰਾਂ ਨਹੀਂ, ਬਲਕਿ 125 ਕਰੋੜ ਦੇਸ਼ ਵਾਸੀਆਂ ਦੇ ਹੱਥ ਚ ਆ, ਯਾਨੀ ਜਿਹਨਾਂ ਨੇ ਵੋਟ ਪਾਈ ਆ। ਮੋਦੀ ਨੇ ਕਿਹਾ ਕਿ ਜੇਕਰ ਦੇਸ਼ ਦੀ ਵੰਡ ਵੇਲੇ ਕਾਂਗਰਸੀ ਆਗੂਆਂ ਚ ਮਾੜੀ ਜਿਹੀ ਵੀ ਸਮਝਦਾਰੀ, ਗੰਭੀਰਤਾ ਹੁੰਦੀ, ਤਾਂ 3 ਕਿਲੋਮੀਟਰ ਦੀ ਦੂਰੀ ਤੇ ਸਾਡਾ ਕਰਤਾਰਪੁਰ ਸਾਹਿਬ ਸਾਡੇ ਤੋਂ ਵੱਖ ਨਾ ਹੁੰਦਾ। ਤੇ ਫਿਰ ਉਹਨਾਂ ਦੇ ਨਾਲ ਅੱਗੇ ਇਹ ਗੱਲ ਕਹੀ ਆ ਕਿ ਕਾਂਗਰਸ ਨੂੰ 1947 ਚ ਕਿਉਂ ਯਾਦ ਨਹੀਂ ਆਇਆ ਕਿ ਕਰਤਾਰਪੁਰ ਸਾਹਿਬ ਹਿੰਦੁਸਤਾਨ ਚ ਹੋਣਾ ਚਾਹੀਦਾ। ਜੇਕਰ ਅੱਜ ਕਰਤਾਰਪੁਰ ਲਾਂਘਾ ਬਣ ਰਿਹਾ, ਤਾਂ ਇਹਦਾ ਸਿਹਰਾ ਮੋਦੀ ਦੇ ਸਿਰ ਨਹੀਂ, ਬਲਕਿ ਦੇਸ਼ ਦੇ ਲੋਕਾਂ ਦੀ ਵੋਟ ਨੂੰ ਜਾਂਦਾ। ਵੈਸੇ ਉਹਨੇ ਪੁੱਛਿਆ ਕਿਹਦਾ ਸਿਹਰਾ, ਕਿਹਦਾ ਸਿਹਰਾ, ਕਿਹਦੇ ਸਿਰ ਸਿਹਰਾ, ਉਹ ਫਿਰ ਮੋਦੀ ਮੋਦੀ ਮੋਦੀ, ਤੇ ਲੋਕੀ ਵੀ ਇੰਤਜ਼ਾਰ ਦੇ ਵਿੱਚ ਸੀਗੇ ਕਿ ਕਦੋਂ ਆਪਣੇ ਆਪ ਨੂੰ ਸਿਹਰਾ ਦਿੰਦਾ। ਪਰ ਇੱਥੇ ਉਹਨੇ ਗੱਲ ਗੋਲਮੇਲ ਜੀ ਕਰ ਦਿੱਤੀ, ਕਹਿੰਦਾ ਕਿ ਸਿਹਰਾ ਜਿਹੜਾ ਮੋਦੀ ਦੇ ਸਿਰ ਤੇ ਨਹੀਂ, ਬਲਕਿ ਦੇਸ਼ ਦੇ ਲੋਕਾਂ ਦੀ ਵੋਟ ਨੂੰ ਜਾਂਦਾ। ਗੱਲ ਉੱਥੇ ਆ ਗਈ ਪਹੁੰਚ ਤੋਂ, ਕਿਉਂਕਿ ਉਹਨਾਂ ਨੇ ਵੋਟ ਪਾਈ ਤੇ ਮੋਦੀ ਨੂੰ ਬਣਾਇਆ, ਤਾਂ ਹੀ ਇਹ ਸਾਰਾ ਕੁਛ ਆਪਾਂ ਠੀਕ ਕੀਤਾ। ਖੈਰ, ਉਹਨਾਂ ਨੇ ਕੁਛ ਗੱਲਾਂ ਹੋਰ ਵੀ ਕਹੀਆਂ। ਕਹਿੰਦਾ ਕਿ ਜੇ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰੀ, ਉਦੋਂ ਕੋਈ ਵੀ ਅਖਬਾਰ ਚੁੱਕਦਾ ਸੀਗਾ ਤੇ ਘੁਟਾਲਿਆਂ ਦੀਆਂ ਖਬਰਾਂ ਪੜ੍ਹਨ ਨੂੰ ਮਿਲਿਆ ਕਰਦੀਆਂ ਸੀ। ਅੱਜ ਸਾਡੀ ਸਰਕਾਰ ਦੇ ਵਿੱਚ ਇੱਕ ਵੀ ਘੁਟਾਲਾ ਸਾਹਮਣੇ ਨਹੀਂ ਆਇਆ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹਨਾਂ ਨੇ ਦੱਸਿਆ। ਖੈਰ, ਇਹ ਤੇ ਗੱਲਾਂ ਚਲੋ ਸਿਆਸੀ ਹੈਗੀਆਂ, ਪ੍ਰਚਾਰ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਉਹ ਹਵਾਈ ਕਿਲਿਆਂ ਦੇ ਰੂਪ ਵਿੱਚ ਵਿਖਾਉਣਾ ਪੈਂਦਾ, ਪਰ ਮੈਨੂੰ ਨਹੀਂ ਲੱਗਦਾ ਕਿ ਆਹ ਚੀਜ਼ ਜ਼ਰੂਰੀ ਸੀ।
ਜੇ ਤੁਸੀਂ ਕੀਤਾ ਤੇ ਚਲੋ ਠੀਕ ਹੈ, ਲੋਕਾਂ ਨੂੰ ਪਤਾ ਹੀ ਆ। ਔਰ ਕੀਤਾ ਵੀ ਕੀ ਆ ਕਿ ਪਹਿਲਾਂ ਸੁਸ਼ਮਾ ਸਵਰਾਜ ਨੇ ਖੁਦ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ, ਇਹਨਾਂ ਦੀ ਕੇਂਦਰੀ ਵਜ਼ੀਰ ਨੇ ਨਵਜੋਤ ਸਿੱਧੂ ਨੂੰ ਗਦਾਰ ਤੱਕ ਕਹਿ ਦਿੱਤਾ ਸੀਗਾ। ਸੁਸ਼ਮਾ ਸਵਰਾਜ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਸੀਗੀ ਕਿ ਸਾਡੀ ਇਸ ਮੁੱਦੇ ਤੇ ਪਾਕਿਸਤਾਨ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਫਿਰ ਇਹਨਾਂ ਦੇ ਵਿਦੇਸ਼ ਮੰਤਰਾਲੇ ਨੇ 3 ਦਿਨ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਉੱਥੇ ਆਪਾਂ ਇੱਕ ਚੰਗੀ ਵੱਡੀ ਖੁਰਦਬੀਨ ਲਾ ਦਿੰਦੇ, ਤੁਸੀਂ ਉੱਥੋਂ ਦਰਸ਼ਨ ਕਰਿਆ ਕਰੋ। ਯਾਨੀ ਇਹਨਾਂ ਨੇ ਤੇ ਅੰਤਲੇ ਮੌਕੇ ਤੱਕ ਪੱਤੇ ਨਹੀਂ ਸੀ ਖੋਲੇ, ਉਹ ਤੇ ਪਾਕਿਸਤਾਨ ਨੇ ਸਾਰਾ ਕੁਛ ਸ਼ੁਰੂ ਕਰ ਦਿੱਤਾ ਕਿ ਅਸੀਂ ਬਣਾ ਕੇ ਲੋਕਾਂ ਦੇ ਵਿੱਚ ਰੱਖ ਦਿੰਦੇ ਹਾਂ, ਦੁਨੀਆਂ ਦੇ ਸਾਹਮਣੇ ਰੱਖ ਦਿੰਦੇ ਹਾਂ, ਤੁਸੀਂ ਬਣਾਉਣਾ ਹੋਇਆ ਬਣਾ ਲਿਓ, ਨਹੀਂ ਤੇ ਨਹੀਂ। ਫਿਰ ਇਹਨਾਂ ਨੇ ਸੋਚਿਆ ਕਿ ਇੱਕ ਪਾਸੇ ਤੇ ਇਹ ਦਰਸਾਈਏ ਕਿ ਅਸੀਂ ਘੱਟ ਗਿਣਤੀਆਂ ਦੇ ਵੀ ਖੈਰ ਖਵਾ, ਤੇ ਦੂਸਰੇ ਪਾਸੇ ਇਸ ਬਹਾਨੇ ਕਾਂਗਰਸ ਤੇ ਨਿਸ਼ਾਨਾ ਵੀ ਕੱਸ ਦਿਆਂਗੇ ਜਿਹੜੇ ਇਹਨਾਂ ਦੇ ਮੰਤਰੀ ਸੰਤਰੀ ਉੱਧਰ ਤੁਰੇ ਫਿਰਦੇ ਆ। ਸੋ ਇਹ ਚੀਜ਼ ਸੋਚ ਕੇ ਵੋਟਾਂ ਦੇ ਮੱਦੇ ਨਜ਼ਰ ਜੋ ਫੈਸਲਾ ਲੈ ਵੀ ਲਿਆ, ਜੇ ਸਿਆਸੀ ਪੱਖ ਤੋਂ ਵੀ ਲੈ ਲਿਆ, ਤੇ ਫਿਰ ਇਹਦੇ ਤੇ ਹੁਣ ਇੰਨੀ ਸਿਆਸਤ ਕਰਨ ਦੀ ਜ਼ਰੂਰਤ ਕੀ ਆ? ਔਰ ਦੂਜੀ ਚੀਜ਼ ਇਹ ਆ ਕਿ ਜੇ ਇਤਿਹਾਸ ਨੂੰ ਫੋਲੀਏ, ਇਤਿਹਾਸ ਨੂੰ ਕੁਰੇਦੀਏ, ਤੇ ਕੁਛ ਚੀਜ਼ਾਂ ਜਿਹੜੀਆਂ ਉਹ ਬੜੀ ਬੇਰਹਿਮਤਾ ਦੇ ਨਾਲ ਸਾਡੇ ਤੇ ਵਾਰ ਕਰਦੀਆਂ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਜੇ ਕਰਤਾਰਪੁਰ ਸਾਹਿਬ ਉੱਧਰ ਰਿਹਾ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਹੋਰ ਵੀ ਦੇਖਣੀਆਂ ਪੈਣੀਆਂ। ਤੁਹਾਡਾ ਗੁਰਦਾਸਪੁਰ, ਜੀਰਾ ਤਹਿਸੀਲ, ਰਾਹੋਂ, ਇਹ ਇਹੋ ਜਿਹੀਆਂ ਤਹਿਸੀਲਾਂ ਸੀਗੀਆਂ, ਇਹੋ ਜਿਹੇ ਕੁਛ ਸ਼ਹਿਰ ਸੀਗੇ ਜਿਹਨਾਂ ਦੇ ਵਿੱਚ ਮੁਸਲਿਮ ਬਹੁ ਗਿਣਤੀ ਸੀਗੀ, ਤਾਂ ਇਹ ਉੱਧਰ ਜਾਂਦੀਆਂ ਸੀ, ਖਾਸ ਤੌਰ ਤੇ ਗੁਰਦਾਸਪੁਰ। ਔਰ ਇਹ ਗੁਰਦਾਸਪੁਰ ਜਾਂਦਾ ਸੀਗਾ ਤੇ ਫਿਰ ਤੇ ਤੁਹਾਡਾ ਪਾਣੀਆਂ ਦਾ ਕੰਟਰੋਲ ਵੀ ਉਹਨਾਂ ਕੋਲ ਜਾਂਦਾ ਸੀ, ਕਸ਼ਮੀਰ ਨੂੰ ਜਿਹੜਾ ਰਸਤਾ ਐਕਸੈਸ ਕਰਦਾ ਉਹ ਵੀ ਜਾਂਦਾ ਸੀਗਾ। ਪਾਕਿਸਤਾਨੀ ਤੇ ਅੱਜ ਵੀ ਝੂਠਦੇ ਆ ਕਿ ਸਾਡੇ ਨਾਲ ਧੱਕਾ ਹੋਇਆ ਇਸ ਮਸਲੇ ਤੇ ਕਿਤੇ ਨਾ ਕਿਤੇ। ਤਾਂ ਖੈਰ ਉਦੋਂ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਗਿਆ ਸੀਗਾ, ਨਾ ਕਿ ਆਹ ਚੀਜ਼ਾਂ ਜਿਹੜੀਆਂ ਅੱਜ ਦੀ ਘੜੀ ਦੇ ਵਿੱਚ ਆਸਥਾ ਦਾ ਵਿਸ਼ਾ। ਤੋ ਉਹ ਆਪਣੀ ਥਾਂ ਤੇ ਝੂਠਦੇ ਆ ਕਿ ਸਾਡਾ ਬਹੁਤ ਕੁਛ ਹੈ ਜਿਹੜਾ ਇਹ ਧੱਕੇ ਨਾਲ ਧੱਕ ਮਤੱਕ ਕੇ ਲੈ ਗਏ ਆ। ਤਾਂ ਸ਼ਾਇਦ ਨਰਿੰਦਰ ਮੋਦੀ ਸਾਹਿਬ ਇਹਨਾਂ ਗੱਲਾਂ ਨੂੰ ਨਹੀਂ ਕਰਾਉਣਾ ਚਾਹੁੰਦੇ, ਉਹ ਉਹਨਾਂ ਗੱਲਾਂ ਨੂੰ ਕਰਾਉਣਾ ਚਾਹੁੰਦੇ ਆ ਜੋ ਉਹਨਾਂ ਦੇ ਪਿੱਠ ਬੈਠਦੀਆਂ। ਬਾਕੀ ਰਹੀ ਗੱਲ ਘੁਟਾਲਿਆਂ ਦੀ, ਘਪਲਿਆਂ ਦੀ, ਇਹ ਤੇ ਸਰਕਾਰ ਜਾਊਗੀ, ਦੂਜੀ ਸਰਕਾਰ ਮੰਨ ਲਓ ਆ ਕੇ ਕੋਈ ਹੋਰ ਆਉਂਦੀ ਹੈ, ਸਰਕਾਰ ਉਹ ਲੇਖਾ ਜੋਖਾ ਕਰੂਗੀ ਤੇ ਉਹ ਦੱਸੂਗੀ, ਆਪਣੀ ਸਰਕਾਰ ਥੋੜੀ ਆਪਣੇ ਮੂੰਹ ਦੱਸਦੀ। ਯਾਰ ਜੇ ਘੁਟਾਲਾ ਨਿਕਲਦਾ ਵੀ ਆ ਤਾਂ ਸਾਹਿਬ ਉਹਦੀ ਗੱਲ ਕਿੱਥੇ ਕਰਦੇ ਆ? ਆ ਪਿੱਛੇ ਜੇ CBI ਵਾਲਾ ਦਾ ਰੌਲਾ ਪਿਆ, ਖੁਦ CBI ਦੇ DIG ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਇਹਨਾਂ ਦੇ ਇੱਕ ਕੇਂਦਰੀ ਮੰਤਰੀ ਨੇ ਵਿੱਚ ਰਿਸ਼ਵਤ ਖਾਧੀ ਹੈ, ਉਹਦਾ ਨਾਂ ਹੀ ਨੀ ਲੈਂਦਾ ਸਾਹਿਬ। ਬਿਲਕੁਲ ਬਿਲਕੁਲ ਜੀ। ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਥਾਣੇਦਾਰ ਸੁਬੋਧ ਸਿੰਘ ਦੇ ਕਤਲ ਕੇਸ ਵਿੱਚ ਬਜਰੰਗ ਦਲ ਦਾ ਇੱਕ ਲੀਡਰ ਗ੍ਰਿਫਤਾਰ। ਦੇਖੋ ਇਹ ਬਹੁਤ ਘਿਨਾਉਣਾ ਕਾਂਡ ਵਾਪਰਿਆ, ਤੁਹਾਨੂੰ ਸਾਰਾ ਪਿਛੋਕੜ ਤੇ ਪਤਾ ਲੱਗਿਆ ਹੋਣਾ ਉਸ ਖਬਰ ਦਾ ਕਿ ਮੌਬ ਲਿੰਚਿੰਗ ਹੋਈ, ਇੱਕ ਇੰਸਪੈਕਟਰ ਨੂੰ ਕਤਲ ਕਰ ਦਿੱਤਾ ਗਿਆ, ਬੁਲੰਦ ਸ਼ਹਿਰ ਹੈ UP ਦੇ ਵਿੱਚ, ਔਰ ਉਸ ਇੰਸਪੈਕਟਰ ਨੂੰ ਕਤਲ ਕੀਤਾ ਗਿਆ ਜਿਹੜਾ ਮੁਹੰਮਦ ਅਖਲਾਕ ਦਾਦਰੀ ਦੇ ਵਿੱਚ ਮਾਰਿਆ ਗਿਆ ਸੀ, ਉਹਦੇ ਕੇਸ ਦੀ ਇਨਵੈਸਟੀਗੇਸ਼ਨ ਵੀ ਕਰਦਾ ਰਿਹਾ, ਤਾਂ ਇਸ ਚੀਜ਼ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ। ਖੈਰ ਕਤਲ ਉਦੋਂ ਕੀਤਾ ਗਿਆ ਜਦੋਂ ਉਹ ਬੰਦਾ ਇਸ ਮਾਮਲੇ ਦੇ ਵਿੱਚ ਸਭ ਕੁਛ ਇਹਨਾਂ ਦੇ ਹੱਕ ਦੇ ਵਿੱਚ ਕਰ ਰਿਹਾ ਸੀਗਾ ਕਿ ਠੀਕ ਹੈ ਅਸੀਂ ਮਾਮਲਾ ਦਰਜ ਕਰ ਲੈਂਦੇ ਹਾਂ, ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੇ ਹਾਂ, ਪਰ ਲੋਕ ਭੜਕ ਪਏ ਔਰ ਇਸ ਭੜਕਾਹਟ ਦਾ ਜਿਹੜਾ ਜ਼ਿੰਮੇਵਾਰ ਮੰਨਿਆ ਗਿਆ ਉਹ ਮੁੱਖ ਤੌਰ ਤੇ ਬਜਰੰਗ ਦਲ ਦਾ ਇੱਕ ਲੀਡਰ ਹੈ ਯੋਗੇਸ਼ ਰਾਜ, ਉਹਨੂੰ ਮੰਨਿਆ ਗਿਆ। ਉਹਦਾ FIR ਦੇ ਵਿੱਚ ਪਹਿਲੇ ਨੰਬਰ ਤੇ ਨਾਂ, 9ਵੇਂ ਨੰਬਰ ਤੇ ਨਾਂ, ਮੈਂ ਜਿਹੜੀ FIR ਦੀ ਕਾਪੀ ਵੇਖ ਰਿਹਾ ਸੀ, 9ਵੇਂ ਨੰਬਰ ਤੇ ਜਿਹਦਾ ਨਾਂ, ਉਹ ਖੁਦ ਭਾਰਤੀ ਜਨਤਾ ਪਾਰਟੀ ਦਾ ਯੂਥ ਵਿੰਗ ਦਾ ਲੀਡਰ ਆ। ਤਾਂ ਸ਼ਿਵ ਸੈਨਾ ਵਾਲੇ, ਬਜਰੰਗ ਦਲ ਵਾਲੇ, ਹਿੰਦੂ ਯੁਵਾ ਵਾਹਿਨੀ ਮੋਰਚਾ ਜਿਹੜਾ ਇਹਨਾਂ ਦਾ, ਜੋ ਇਹਨੇ ਯੋਗੀ ਨੇ ਖੁਦ ਬਣਾਇਆ ਸੀਗਾ, ਇਹਨਾਂ ਸਾਰਿਆਂ ਨੇ ਹੀ ਉੱਥੇ ਜਾ ਕੇ ਇਸ ਕਾਰ ਨੂੰ ਅੰਜਾਮ ਦਿੱਤਾ। ਤੇ ਮੈਂ ਤੇ ਇਹਨੂੰ ਦੂਸਰੇ ਪੱਖ ਤੋਂ ਵੀ ਵੇਖਦਾ, ਜਿੰਨੀ ਕੁ ਰਿਪੋਰਟਿੰਗ ਪੜੀ ਆ ਜੀ, ਕਿ ਜਿਸ ਤਰੀਕੇ ਦੇ ਨਾਲ, ਕਿਉਂਕਿ ਜਿਹੜੀ ਗਊਕਸ਼ੀ ਹੋਈ ਆ ਉਹ ਗਊ ਮਾਰ ਕੇ ਮੁੜ ਕੇ ਉਹਦੀ ਖੱਲ, ਸਿੰਘ ਤੇ ਜਿਹੜੇ ਹੋਰ ਬਚੇ ਕੁਛ ਅਵਸ਼ੇਸ਼ ਸੀ, ਉਹ ਇੱਕ ਗੰਨੇ ਦੇ ਖੇਤ ਦੇ ਵਿੱਚ, ਜਿੱਦਾਂ ਡਿਸਪਲੇ ਨਹੀਂ ਕਰਦੇ ਆਪਾਂ ਚੀਜ਼, ਇੱਦਾਂ ਕੀਤੇ ਹੋਏ ਸਨ, ਇੱਦਾਂ ਟੰਗੇ ਹੋਏ ਸੀ। ਤੁਸੀਂ ਮੈਨੂੰ ਦੱਸੋ ਕਿ ਜਿਹੜਾ ਬੰਦਾ UP ਦੇ ਵਿੱਚ ਗਊਕੁਸ਼ੀ ਕਰਦਾ ਵੀ ਆ ਲੋਕ ਛਿਪ ਕੇ, ਕੀ ਇਸ ਤਰ੍ਹਾਂ ਉਹ ਚੀਜ਼ਾਂ ਡਿਸਪਲੇ ਕਰੂਗਾ? ਔਰ ਉਹ ਵੀ ਯੋਗੀ ਰਾਜ ਦੇ ਵਿੱਚ, ਉਹ ਵੀ ਮੋਦੀ ਰਾਜ ਦੇ ਵਿੱਚ। ਤੇ ਦੂਸਰੇ ਪਾਸੇ ਇੱਕ ਚੀਜ਼ ਨੂੰ ਹੋਰ ਨਾਲ ਜੋੜ ਕੇ ਵੇਖੋ ਕਿ ਮੁਸਲਮਾਨਾਂ ਦਾ ਇੱਕ ਤਿਉਹਾਰ ਸੀਗਾ ਉਸ ਦਿਨ, ਸ਼ਾਇਦ ਉਹਦਾ ਨਾਂ ਇਸਤਜਾ ਹੈ, ਤਾਂ ਉਹ ਉਦਨ ਹੀ ਇਕਤਾਮ ਤੇ ਪਹੁੰਚਿਆ। ਬਹੁਤ ਵੱਡੀ ਗਿਣਤੀ ਸੀ ਉਹਨਾਂ ਮੁਸਲਮਾਨਾਂ ਦੀ ਜਿਹੜੇ ਉਸ ਸਮਾਗਮ ਦੇ ਵਿੱਚੋਂ ਇਸੇ ਹਾਈਵੇ ਥਾਣੀ ਲੰਘਣ ਜਾ ਰਹੇ ਸੀਗੇ, ਤਾਂ ਉਹਨਾਂ ਨੂੰ ਰੋਕਿਆ ਗਿਆ ਮੌਕੇ ਤੇ। ਤਾਂ ਜਿਸ ਤਰੀਕੇ ਨਾਲ ਭੀੜਾਂ ਉੱਥੇ ਪਹੁੰਚਦੀਆਂ, ਉਹਨਾਂ ਦੇ ਕੋਲ ਇੱਟਾਂ ਨੇ, ਵੱਟੇ ਨੇ,
ਔਰ ਕਮਾਲ ਦੀ ਗੱਲ ਉਹਨਾਂ ਕੋਲ ਤਮੱਚੇ ਨੇ, ਜਿਹਨਾਂ ਨੂੰ ਆਪਾਂ ਕੱਟੇ ਕਹਿ ਦਿੰਦੇ ਹਾਂ, ਦੇਸੀ ਪਿਸਤੌਲ ਕਹਿ ਦਿੰਦੇ। ਤੇ ਜੇ ਭੀੜ ਇਨਸਾਫ ਲੈਣ ਗਈ ਸੀਗੀ, ਪ੍ਰਦਰਸ਼ਨ ਕਰਨ ਗਈ ਸੀ, ਤੇ ਨਾਲ ਇਹ ਤਮੱਚੇ ਕੱਟੇ ਕਾਹਤੋਂ ਚੁੱਕੀ ਫਿਰਦੇ ਸੀ, ਕੱਟੇ ਬੱਚੇ ਕਾਹਤੋਂ ਲਈ ਫਿਰਦੇ ਸੀ? ਇਹਦਾ ਮਤਲਬ ਆ ਕਿ ਪਲੈਨ ਕੁਛ ਹੋਰ ਵੀ ਹੋ ਸਕਦਾ ਸੀ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਮੁਸਲਮਾਨਾਂ ਦਾ ਬਹੁਤ ਵੱਡਾ ਕਾਫਲਾ ਉੱਥੋਂ ਗੁਜ਼ਰਨਾ ਸੀ, ਜਿਸ ਤਰੀਕੇ ਨਾਲ ਚੀਜ਼ਾਂ ਡਿਸਪਲੇ ਕੀਤੀਆਂ ਗਈਆਂ, ਲੱਗਦਾ ਇਹ ਆ ਜਿਸ ਤਰ੍ਹਾਂ ਇੱਕ ਬਹੁਤ ਵੱਡੇ ਦੰਗੇ ਦਾ ਮੁੱਢ ਮੰਨਿਆ ਜਾ ਰਿਹਾ ਸੀ। ਤਾਂ ਇਸ ਪੱਖ ਤੋਂ ਵੀ ਮੇਰੇ ਖਿਆਲ ਦੇ ਨਾਲ ਇਨਵੈਸਟੀਗੇਸ਼ਨ ਜਿਹੜੀ ਆ ਹੋਣੀ ਚਾਹੀਦੀ ਆ। ਤਾਂ ਕੁੱਲ ਮਿਲਾ ਕੇ ਹਿੰਦੂ ਤਵੀ ਕੁਛ ਸੰਗਠਨ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜ਼ਹਿਰਾਂ ਦੇ ਨਲਕੇ ਆ, ਜਦੋਂ ਵੀ ਗਿਰਦੇ ਆ ਵਿੱਚੋਂ ਜ਼ਹਿਰ ਹੀ ਕੱਢਦੇ ਆ, ਜ਼ਹਿਰ ਹੀ ਉਗਲਾਚਦੇ ਆ। ਤਾਂ ਉਹਨਾਂ ਨੇ ਇੱਕ ਵਾਰੀ ਫੇਰ ਕਾਨੂੰਨ ਆਪਣੇ ਹੱਥ 'ਚ ਲਿਆ। ਵੈਸੇ ਇੱਕ ਕਾਰਟੂਨਿਸਟ ਨੇ ਕਾਰਟੂਨ ਵੀ ਬਣਾਇਆ, ਕਿਆ ਕਾਰਟੂਨ ਗਜ਼ਬ ਦਾ ਬਣਾਇਆ, ਯੋਗੀ ਦੀ ਬਾਝ ਹੀ ਦਿਖਾਈ ਆ ਕਿ ਤੁਸੀਂ ਕਾਨੂੰਨ ਹੱਥ 'ਚ ਨਾ ਲਿਆ ਕਰੋ। ਉਹ ਕਹਿੰਦੇ ਕਿ ਕਾਨੂੰਨ ਤੇ ਜੀਭ 'ਚ ਬੈਠਾ ਸੀ, ਸਾਡੇ ਹੱਥ ਦੇ ਵਿੱਚ ਤੇ ਗਨ ਸੀ, ਮਤਲਬ ਕਿ ਜੀਭ 'ਚ ਬੈਠੇ ਬੈਠੇ ਨੂੰ ਠੋਕਿਆ ਕਾਨੂੰਨ। ਸੋ ਇਹ ਚੀਜ਼ਾਂ ਜਿਹੜੀਆਂ ਉੱਥੇ ਵਾਪਰਦੀਆਂ, ਤਾਂ ਲੱਗਦਾ ਇਹੋ ਆ ਕਿ ਸਾਜਿਸ਼ ਕੁਛ ਪਿੱਛੇ ਡੂੰਘੀ ਸੀਗੀ, ਪਰ ਜਿਸ ਤਰੀਕੇ ਨਾਲ ਇਹ ਕਰਦੇ ਆ ਕੁਛ ਤਾਂ ਪਹਿਲਾਂ ਹੀ, ਤਾਂ ਇਹ ਚੀਜ਼ਾਂ ਵਾਪਰਨਗੀਆਂ। ਹਾਲਾਂਕਿ ਜੁਲਾਈ ਦੇ ਵਿੱਚ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਭੀੜ ਤੰਤਰ ਨੂੰ ਕਦੇ ਵੀ ਕਾਨੂੰਨ ਰੰਦਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤਾਂ ਕੁਛ ਦਿਸ਼ਾ ਨਿਰਦੇਸ਼ ਵੀ ਹੋਏ ਸੀਗੇ ਬਾਵਜੂਦ ਇਸ ਦੇ, ਤੇ ਇਹਨਾਂ ਦਾ ਇੱਕ ਕੇਂਦਰੀ ਮੰਤਰੀ ਆ ਜਿਹੜਾ ਉਹ ਇੱਕ ਐਸੇ ਗਰੋਹ ਨੂੰ ਜਾ ਮਿਲਿਆ ਸੀ ਜਿਹਨਾਂ ਦੇ ਵਿੱਚ ਜਿਹਨਾਂ ਤੇ ਦੋਸ਼ ਆ ਕਿ ਉਹ ਬੰਦਿਆਂ ਨੇ ਇੱਕ ਐਸੇ ਸ਼ਖਸ ਨੂੰ ਮਾਰ ਦਿੱਤਾ ਜਿਹਦੇ ਤੇ ਦੋਸ਼ ਹੀ ਲਾਇਆ ਗਿਆ ਕਿ ਇਹ ਗਊ ਮਾਸ ਲਈ ਆਉਂਦਾ, ਹਾਲਾਂਕਿ ਮਾਸ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਉਹ ਕਾਹਦਾ ਮਾਸ ਆ। ਤਾਂ ਉਹਨੂੰ ਜਿਉਂਦੇ ਨੂੰ ਉੱਥੇ ਮਾਰ ਦਿੱਤਾ ਗਿਆ ਸੀ, ਫਿਰ ਪਾਲ ਕੇ ਸਾੜ ਦਿੱਤੀ ਗਈ ਸੀ। ਤਾਂ ਉਹਨਾਂ ਨੂੰ ਜਾ ਕੇ ਉੱਥੇ ਮਿਲਦਾ। ਫਿਰ ਇਹਨਾਂ ਦਾ ਇੱਕ ਕੇਂਦਰੀ ਮੰਤਰੀ ਆ ਜਿਹੜਾ ਉਹ ਬਿਹਾਰ ਦੇ ਵਿੱਚ ਜਾ ਕੇ ਕਰਵਾਉਂਦਾ ਕਿ ਕਿਤੇ ਸਾਡੀ ਸਰਕਾਰ ਇੱਥੇ ਆਉਂਦੀ ਕੱਲਿਆਂ ਦੀ ਤੇ ਤੁਹਾਨੂੰ ਜੇਲ੍ਹ ਦੇ ਵਿੱਚ ਖਬਰ ਨਹੀਂ ਸੀ ਦਿੰਦੇ। ਉਹ ਦੰਗਈਆਂ ਨੂੰ ਜਾ ਕੇ ਜਿਹਨਾਂ ਨੇ ਦੰਗੇ ਕੀਤੇ ਆ ਉਹਨਾਂ ਦੀ ਮੁਲਾਕਾਤ ਕਰਕੇ ਅੱਖਾਂ 'ਚ ਹੰਝ ਤੇਰ ਕੇ ਇਹ ਗੱਲ ਕਹਿੰਦਾ ਕਿ ਦੇਖੋ ਜੀ ਜੇ ਸਾਡੀ ਸਰਕਾਰ ਹੁੰਦੀ ਤੁਹਾਨੂੰ ਇੱਥੇ ਜੇਲ੍ਹ 'ਚ ਨਹੀਂ ਚਲਾਉਣੀ। ਜਦੋਂ ਤੁਸੀਂ ਇਹੋ ਜਿਹੀਆਂ ਕਰਤੂਤਾਂ ਕਰਦੇ ਹੋ, ਇਹੋ ਜਿਹੀਆਂ ਘਟਨਾਵਾਂ, ਫਿਰ ਤੁਹਾਡੇ ਲਈ ਕੌਮਾਂਤਰੀ ਮੰਚ 'ਤੇ ਬਦਨਾਮੀ ਹੀ ਪੈਦਾ ਕਰਨੀ। ਬਦਨਾਮੀ ਹੈ ਜਿਹੜੀ ਇਸ ਮਾਮਲੇ 'ਤੇ ਰੱਜ ਕੇ ਹੋ ਰਹੀ ਹੈ ਤੇ ਨਫਾ ਫੇਰ। ਜੀ ਜੀ, ਅਗਲੀ ਗੱਲ ਕਰਦੇ ਹਾਂ। ਸਿੱਖ ਨੌਜਵਾਨ ਨੂੰ ਕਿਰਪਾਨ ਪਾ ਕੇ ਲਾਲ ਕਿਲੇ 'ਚ ਜਾਣੋਂ ਰੋਕਿਆ, ਭਾਰਤ ਸਰਕਾਰ ਨੂੰ ਨੋਟਿਸ। ਦੇਖੋ ਹਾਈਕੋਰਟ 'ਚ ਮਸਲਾ ਚਲੇ ਗਿਆ। ਇਹ 15 ਅਗਸਤ 2018 ਦੀ ਦੁਰਘਟਨਾ, ਜਦੋਂ ਸੁਰੱਖਿਆ ਏਜੰਸੀਆਂ ਨੇ ਲਾਲ ਕਿਲੇ ਦੇ ਵਿੱਚ ਹੋ ਰਹੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਇੱਕ ਜੈਪੁਰ ਤੋਂ ਆਏ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੂੰ ਕਿਰਪਾਨ ਪਾ ਕੇ ਅੰਦਰ ਨਹੀਂ ਸੀ ਜਾਣ ਦਿੱਤਾ। ਉਸ ਤੋਂ ਬਾਅਦ ਮਾਮਲਾ ਹਾਈਕੋਰਟ 'ਚ ਚਲੇ ਗਿਆ। ਹਾਈਕੋਰਟ ਨੇ ਗ੍ਰਹਿ ਮੰਤਰਾਲੇ ਔਰ ਰੱਖਿਆ ਮੰਤਰਾਲੇ ਤੋਂ ਵੀ ਸ਼ਾਇਦ ਜਵਾਬ ਮੰਗਿਆ, ਇਸ ਤੋਂ ਇਲਾਵਾ ਦਿੱਲੀ ਸਰਕਾਰ ਕੇਂਦਰ ਸਰਕਾਰ ਤੋਂ ਵੀ ਜਵਾਬ ਮੰਗਿਆ, ਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ। ਮੇਰੇ ਖਿਆਲ ਦੇ ਨਾਲ ਇਹ ਵਾਰ ਵਾਰ ਚੀਜ਼ਾਂ ਜਿਹੜੀਆਂ ਨੇ ਉਹ ਜਾਂ ਤੇ ਜਾਣ ਬੁੱਝ ਕੇ ਉਭਰਾਈਆਂ ਜਾਂਦੀਆਂ ਨੇ, ਜਾਣ ਬੁੱਝ ਕੇ ਉਹਨਾਂ ਚੀਜ਼ਾਂ ਨੂੰ ਵਾਪਰਨ ਦਿੱਤਾ ਜਾਂਦਾ, ਜਾਂ ਫਿਰ ਬਹੁਤ ਹੱਦ ਤੱਕ ਇਹ ਵੀ ਇੱਕ ਸਮੱਸਿਆ ਹੋ ਸਕਦੀ ਆ ਕਿ ਕੁਛ ਲੋਕ ਹੈ ਜਿਹੜੇ ਉਹ ਇਸ ਗੱਲ ਤੋਂ ਅਣਜਾਣ ਆ ਕਿ ਕਕਾਰਾਂ ਦੀ ਸਿੱਖਾਂ ਦੀ ਕੀ ਮਹੱਤਤਾ ਹੈ। ਤਾਂ ਦੋ ਹੀ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਜਾਣ ਬੁੱਝ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਵਲੂੰਦਰਿਆ ਜਾਂਦਾ, ਜਾਂ ਫਿਰ ਕੁਛ ਲੋਕ ਇਹਨਾਂ ਚੀਜ਼ਾਂ ਤੋਂ ਅਣਜਾਣ ਆ। ਹੁਣ ਅਸਲੀ ਚੀਜ਼ ਕੀ ਆ, ਫਿਰ ਇਹਦਾ ਹੱਲ ਤੇ ਇਹੋ ਹੀ ਨਿਕਲਦਾ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਆ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਉਹਨਾਂ ਦੇ ਟ੍ਰੇਨਿੰਗ ਪ੍ਰੋਗਰਾਮ 'ਚ ਦੱਸੇ ਕਿ ਐਸ ਕਮਿਊਨਿਟੀ ਲਈ ਆਹ ਚੀਜ਼ਾਂ ਜਿਹੜੀਆਂ ਚਿੰਨ੍ਹ ਨੇ ਜਿਹੜੇ ਉਹ ਜ਼ਰੂਰੀ ਆ ਬਾਈ। ਤਾਂ ਇਹ ਚੀਜ਼ ਫਿਰ ਲਾਜ਼ਮੀ ਕਰ ਦੇਣੀ ਚਾਹੀਦੀ ਆ। ਹੁਣ ਇਹ ਤੇ ਕਹਿੰਦੇ ਆ ਕਿ ਜਵਾਬ ਦਿਓ ਜਵਾਬ ਦਿਓ, ਪਤਾ ਨੀ ਸਰਕਾਰਾਂ ਕੀ ਜਵਾਬ ਦੇਣਗੀਆਂ, ਪਰ ਇੱਥੇ ਖੁਦ ਅੰਬਾਲੇ ਦੀ ਕੋਰਟ ਦੇ ਇੱਕ ਜੱਜ ਨੇ ਇੱਕ ਸਿੱਖ ਨੌਜਵਾਨ ਨੂੰ ਆਖਿਆ ਸੀਗਾ ਕਿ ਜੇ ਗਵਾਹੀ ਦੇਣੀ ਹੋ ਤਾਂ ਪਹਿਲਾਂ ਕਿਰਪਾਨ ਬਾਹਰ ਲਾ ਕੇ ਆ। ਤੇ ਉੱਥੇ ਹੁਣ ਇਹ ਵੀ ਵੇਖਣਾ ਪਊਗਾ ਕਿ ਸੁਰੱਖਿਆ ਏਜੰਸੀਆਂ ਦੇ ਕੁਛ ਜਵਾਬ ਤੇ ਹੋ ਸਕਦਾ ਇਹਨਾਂ ਚੀਜ਼ਾਂ ਤੋਂ ਅਣਜਾਣ ਹੋ, ਕਿ ਇਹਨਾਂ ਦੇ ਜੱਜ ਵੀ ਆਪਣੇ ਕਾਨੂੰਨ ਤੋਂ ਅਣਜਾਣ ਆ। ਬਿਲਕੁਲ, ਇਹ ਵਰਤਾਰਾ ਬਹੁਤ ਹੀ ਜ਼ਿਆਦਾ ਉੱਥੇ ਆਮ ਹੀ ਹੁੰਦਾ ਜਾ ਰਿਹਾ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੀਬੀ ਜਗੀਰ ਨੂੰ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ। ਦੇਖੋ ਇਹਨਾਂ ਦਾ ਫੈਸਲਾ ਜਿਹੜਾ ਆਉਣਾ ਸੀਗਾ, ਤੇ ਇਹਨਾਂ ਦਾ ਫੈਸਲਾ ਨੀ, ਮੇਰੇ ਗੱਲ ਦੇ ਨਾਲ ਇਹਨਾਂ ਦੀ ਕਿਸਮਤ ਦਾ ਫੈਸਲਾ ਆਉਣਾ ਸੀਗਾ। ਤਾਂ ਬੀਬੀ ਜਗੀਰ ਕੌਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ, ਹਾਈਕੋਰਟ ਨੇ ਬਰੀ ਕਰ ਦਿੱਤਾ, ਔਰ ਇਹ ਇੱਕ ਇਹੋ ਜਿਹਾ ਫੈਸਲਾ ਜਿਹੜਾ ਜਗੀਰ ਕੌਰ ਨੂੰ ਹੀ ਨਹੀਂ ਅਕਾਲੀ ਦਲ ਨੂੰ ਵੀ ਰਾਹਤ ਦੇਊਗਾ, ਕਿਉਂਕਿ ਬਹੁਤ ਹੱਦ ਤੱਕ ਇੱਕ ਐਸਾ ਸ਼ਬਦ ਬੀਬੀ ਦੇ ਮੂੰਹ ਤੇ ਮਾਰਿਆ ਜਾਂਦਾ ਸੀਗਾ ਜਿਹੜਾ ਸ਼ਬਦ ਅਕਾਲੀਆਂ ਨੂੰ ਵੀ ਤੀਸ ਬਣ ਕੇ ਚੁੱਭਦਾ ਸੀਗਾ। ਜਦੋਂ ਵੀ ਆਪਾਂ ਸੋਸ਼ਲ ਮੀਡੀਆ ਦੇਖਦੇ ਹਾਂ ਜਾਂ
ਆਮ ਬੋਲਚਾਲ ਦੀ ਭਾਸ਼ਾ ਚ ਕਹਿ ਦਿੱਤਾ ਜਾਂਦਾ। ਤਾਂ ਹੁਣ ਇੱਕ ਵਾਰੀ ਅਕਾਲੀ ਹੈ ਜਿਹੜੇ ਮਾੜੀ ਮੋਟੀ ਰਾਹਤ ਮਹਿਸੂਸ ਕਰਨਗੇ ਕਿ ਚਲੋ ਅਦਾਲਤ ਨੇ ਬਰੀ ਕੀਤਾ ਬੀਬੀ, ਤਾਂ ਬੀਬੀ ਨੂੰ ਇਸ ਪੱਖ ਤੋਂ ਰਾਹਤ ਆ ਕਿ ਉਹਨਾਂ ਨੂੰ ਹੁਣ ਚੋਣ ਲੜਨ ਦੇ ਵਿੱਚ ਸ਼ਾਇਦ ਦਿੱਕਤ ਨਹੀਂ ਆਏਗੀ। ਹਾਲਾਂਕਿ ਸੁਖਪਾਲ ਖਹਿਰੇ ਬਾਰੇ ਇੱਕ ਪੱਤਰਕਾਰ ਨੇ ਪੁੱਛ ਲਿਆ, ਕਹਿੰਦੇ ਜੀ ਕਿ ਚਲੋ ਹੁਣ ਸੁਖਪਾਲ ਖਹਿਰਾ ਵੀ ਚੁੱਪ ਕਰੂਗਾ? ਕਹਿੰਦੀ ਉਹਨੇ ਬੰਦ ਨਹੀਂ ਹੋਣਾ, ਮੈਨੂੰ ਪਤਾ ਉਹਨੇ ਤੇ ਮੇਰੇ ਤੇ ਇਸ ਤਰ੍ਹਾਂ ਹੀ ਇਲਜ਼ਾਮ ਲਾਈ ਜਾਣੇ ਆ, ਉਹ ਨਹੀਂ ਹਟਦਾ। ਤਾਂ ਖੈਰ ਨਾਲ ਉਹਨੇ ਕਿਹਾ ਕਿ ਮੈਨੂੰ ਵੀ ਸੁਖਦਾਸਾ ਆਇਆ, ਸਾਡੇ ਪ੍ਰਧਾਨ ਨੂੰ ਵੀ ਸੁਖਦਾਸਾ ਆਇਆ, ਉਹ ਵੀ ਬੜੀ ਚਿੰਤਾ ਕਰਦਾ ਸੀਗਾ ਮੇਰੀ। ਤੀਜੀ ਚੀਜ਼ ਜਿਹੜੀ ਆ ਇਸ ਮਸਲੇ ਤੇ ਉਹ ਇਹ ਆ ਕਿ ਜਿਹਨੇ ਸਾਰਾ ਕੇਸ ਚੁੱਕਿਆ ਸੀ, ਜਿਹਨੇ ਦਾਅਵਾ ਕੀਤਾ ਸੀਗਾ ਕਿ ਉਹ ਉਸ ਕੁੜੀ ਦਾ ਪਤੀ ਆ ਜਿਸ ਕੁੜੀ ਨੂੰ ਕਤਲ ਕਰਨ ਦਾ ਇਹ ਮੁਕੱਦਮਾ ਚੱਲਿਆ ਸੀਗਾ, ਜਿਹਦੇ ਵਿੱਚ ਬੀਬੀ ਜਗੀਰ ਕੌਰ ਵਲੇਟੀ ਗਈ ਸੀਗੀ, ਤਾਂ ਉਸ ਮੁੰਡੇ ਨੇ ਵੀ ਸਾਹਮਣੇ ਆ ਕੇ ਆਖਿਆ, ਉਹਨੇ ਆਖਿਆ ਕਿ ਮੈਂ ਇਸ ਬੈਂਚ ਤੋਂ ਅਸੰਤੁਸ਼ਟ ਸੀਗਾ, ਮੈਂ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਕਿ ਇਹਦੇ ਵਿੱਚ ਇੱਕ ਜਸਟਿਸ ਐਸਾ ਬੈਠਾ ਜਿਹਦੀ ਆਡੀਓ ਲੈਣ ਦੇਣ ਦੇ ਮਾਮਲੇ ਦੀ ਆਡੀਓ ਜਿਹੜੀ ਉਹ ਪਿਛਲੇ ਦਿਨ ਵਾਇਰਲ ਹੋਈ ਆ, ਸਾਡਾ ਕੇਸ ਕਿਸੇ ਹੋਰ ਬੈਂਚ ਕੋਲ ਭੇਜਿਆ ਜਾਵੇ। ਤਾਂ ਉਹ ਕੇਸ ਹੈ ਜਿਹੜਾ ਉਹ ਟ੍ਰਾਂਸਫਰ ਨਹੀਂ ਕੀਤਾ ਗਿਆ, ਤਾਂ ਹੁਣ ਅਸੀਂ ਇਹਦੇ ਬਾਬਤ ਸੁਪਰੀਮ ਕੋਰਟ ਤੱਕ ਜਾਂ ਅਗਲੀ ਜਿਹੜੀ ਕੋਈ ਬੈਂਚ ਹੋਰ ਹੋ ਸਕਦੀ ਹੈ, ਜੋ ਕੋਈ ਉਹਨਾਂ ਕੋਲ ਬਦਲ ਹੋਵੇ, ਤਾਂ ਉਹ ਕਹਿੰਦੇ ਕਿ ਅਸੀਂ ਉਸ ਬਦਲ ਨੂੰ ਅਜ਼ਮਾਵਾਂਗੇ। ਤਾਂ ਇਹਦਾ ਮਤਲਬ ਆ ਕਿ ਇੱਕ ਵਾਰੀ ਤਾਂ ਰਾਹਤ ਮਿਲ ਗਈ ਆ, ਵਕਤੀ ਤੌਰ ਤੇ ਤਾਂ ਰਾਹਤ ਮਿਲ ਗਈ ਆ, ਪਰ ਇਹ ਰਾਹਤ ਪੱਕੇ ਤੌਰ ਤੇ ਨਹੀਂ। ਜੋ ਕਮਲਜੀਤ ਸਿੰਘ ਅੱਗੇ ਚਲਾ ਜਾਂਦਾ, ਚਾਹੇ ਉਹ ਹਾਈਕੋਰਟ ਦੇ ਕਿਸੇ ਹੋਰ ਬੈਂਚ ਕੋਲੇ ਚਲੇ ਜਾਂਦਾ ਜਾਂ ਸੁਪਰੀਮ ਕੋਰਟ ਚ ਚਲੇ ਜਾਂਦਾ, ਤਾਂ ਕੇਸ ਇੱਕ ਵਾਰੀ ਫੇਰ ਟ੍ਰਾਇਲ ਦੇ ਰਸਤੇ ਪੈ ਜਾਊਗਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਹੁਣ ਨਵਜੋਤ ਸਿੱਧੂ ਠੋਕਣਗੇ ਮਾਣ ਹਾਨੀ ਦਾ ਮੁਕੱਦਮਾ। ਆਪਾਂ ਤਾਂ ਕਹਿ ਸਕਦੇ ਹਾਂ ਕਿ ਠੋਕੋ ਠੋਕੋ, ਜਿਵੇਂ ਕਹਿੰਦਾ ਕਿ ਤਾੜੀ ਠੋਕੋ। ਦੇਖੋ ਚੈਨਲਾਂ ਵਾਲਿਆਂ ਨੇ ਨਾ ਬਹੁਤ, ਮੈਂ ਕਹੂੰਗਾ ਕਿ ਬਹੁਤ ਗਲਤ ਰਸਤਾ ਚੁਣਿਆ, ਐਸਾ ਇੱਕ ਰਸਤਾ ਚੁਣਿਆ ਜਿਹੜਾ ਡੈਮੋਕ੍ਰੇਸੀ ਲਈ ਬਹੁਤ ਵੱਡਾ ਖਤਰਾ ਸਾਬਤ ਹੋ ਰਿਹਾ, ਕਿਉਂਕਿ ਪਿੱਲਰ ਕਿਹਾ ਜਾ ਰਿਹਾ, ਪਿੱਲਰ ਐਸਾ ਜਿਹੜਾ ਖੁਦ ਪਿਲਪਲਾ ਜਿਹਾ ਹੋ ਰਿਹਾ ਪਿਆ। ਤਾਂ ਇਹ ਜੋ ਮੀਡੀਆ ਪਿੱਲਰ ਜਿਹਨੂੰ ਆਪਾਂ ਕਹਿੰਦੇ ਹਾਂ, ਕਿਸ ਤਰ੍ਹਾਂ ਕੰਮ ਕਰਦਾ, ਇਹ ਵੀ ਇੱਕ ਤਾਜ਼ਾ ਇੱਕ ਘਟਨਾ ਹੈ। ਰਾਜਸਥਾਨ ਦੇ ਵਿੱਚ ਕਿਉਂਕਿ ਕੰਪੇਨ ਕਰਦਾ ਪਿਆ ਨਵਜੋਤ ਸਿੱਧੂ, ਔਰ ਨਵਜੋਤ ਸਿੱਧੂ ਇਸ ਸਮੇਂ ਇੱਕ ਨੈਸ਼ਨਲ ਚਿਹਰਾ ਬਣਿਆ ਪਿਆ, ਚਾਹੇ ਉਹ ਵਿਵਾਦਤ ਆ, ਚਾਹੇ ਜੋ ਮਰਜ਼ੀ ਆ, ਜਿੱਦਾਂ ਦਾ ਮਰਜ਼ੀ ਉਹ ਪਿਛੋਕੜ ਰੱਖਦਾ, ਇਸ ਸਮੇਂ ਉਹ ਇੱਕ ਚਰਚਿਤ ਚਿਹਰਾ, ਜਿੱਥੇ ਵੀ ਜਾਂਦਾ ਭੀੜਾਂ ਜੁਕਦੀਆਂ, ਜਿੱਥੇ ਵੀ ਜਾਂਦਾ ਉਹ ਇਹਨਾਂ ਦੀ ਖੱਲ ਵੀ ਬੜੀ ਦੇੜਦਾ ਪਿਆ। ਤਾਂ ਹੋਇਆ ਕਿ ਇਹਦੀ ਇੱਕ ਵੀਡੀਓ ਚਲਾਈ ਗਈ ਕੁਛ ਖਾਸ ਚੈਨਲਾਂ ਤੇ, ਜਿਹੜੇ ਕਿ ਮੋਦੀ ਪੱਖੀ ਚੈਨਲ ਕਹਿ ਸਕਦੇ ਹਾਂ। ਤਾਂ ਇੱਕ ਚੈਨਲ ਇਹੋ ਜਿਹਾ ਜਿਹਦੇ ਮਾਲਕ ਨੂੰ ਰਾਜ ਸਭਾ ਦੇ ਵਿੱਚ ਪਹੁੰਚਾਇਆ ਗਿਆ, ਔਰ ਕਿਵੇਂ ਪਹੁੰਚਾਇਆ ਗਿਆ, ਉਹ ਪਿੰਨ ਦਾ ਵੀ ਰੌਲਾ ਪੈ ਗਿਆ ਸੀਗਾ ਕਿ ਕਿਵੇਂ ਟਿੱਕ ਮਾਰਕ ਜਿਹੜੀ ਹੈ ਹੋਈ। ਤਾਂ ਉਹ ਜਿਹੜਾ ਚੈਨਲ ਸੀ ਉਹਨੇ ਵੀਡੀਓ ਪਾ ਦਿੱਤੀ ਆਪਣੇ ਟਵਿੱਟਰ ਹੈਂਡਲ ਤੇ, ਉਸ ਤੋਂ ਬਾਅਦ ਫਿਰ ਕਈ ਚੈਨਲਾਂ ਨੇ ਉਹ ਵੀਡੀਓ ਚਲਾਈ ਆ। ਉਹਦੇ ਵਿੱਚ ਇਹਦੀ ਤਕਰੀਰ ਹੁੰਦੀ ਆ ਨਵਜੋਤ ਸਿੱਧੂ ਦੀ, ਤੇ ਨਾਲ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲੱਗਣ ਡਏ ਆ। ਫਿਰ ਉਸ ਵੀਡੀਓ ਦੇ ਥੱਲੇ ਇੱਕ ਇਹ ਵੀਡੀਓ ਪੋਸਟ ਕਰਦੇ ਆ ਜਿਹੜੀ ਕਿ ਉੱਥੋਂ ਦੀ ਅਸਲ ਵੀਡੀਓ ਆ। ਤਾਂ ਉੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਲੱਗਦੇ ਪਏ ਆ। ਤਾਂ ਇੰਨਾ ਫਰਕ ਆ ਕਿ ਉਹ ਵੀਡੀਓ ਜਿਹੜੀ ਡਾਕਟਰੇਟ ਕੀਤੀ ਗਈ, ਜਿਹੜੀ ਆਪਾਂ ਤਕਨੀਕੀ ਭਾਸ਼ਾ ਚ ਵਰਤਦੇ ਹਾਂ ਸ਼ਬਦਾਵਲੀ, ਉੱਥੇ ਕਹਿੰਦੇ ਕਿ ਡਾਕਟਰੇਟ ਵੀਡੀਓ ਜਿਹੜੀ ਉਹ ਉਹਨਾਂ ਨੇ ਪੋਸਟ ਕੀਤੀ ਹੋਈ ਸੀ। ਬਾਅਦ ਦੇ ਵਿੱਚ ਉਸ ਚੈਨਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਹਟਾ ਵੀ ਲਈ। ਤਾਂ ਇਹਨਾਂ ਦੇ ਜਿਹੜੇ ਰਣਦੀਪ ਸੂਰਜੇਵਾਲਾ ਹੈ, ਉਹਨਾਂ ਨੇ ਵੀ ਕਾਫੀ ਵੱਡਾ ਇਤਰਾਜ਼ ਕੀਤਾ। ਇਹਨੇ ਤੇ ਕਹਿ ਦਿੱਤਾ ਨਵਜੋਤ ਸਿੱਧੂ ਨੇ, ਕਹਿੰਦਾ ਕਿ ਮੈਂ ਆਪਣੇ ਵਕੀਲਾਂ ਦੇ ਨਾਲ ਗੱਲ ਕਰਨ ਡਿਆ, ਜਿਵੇਂ ਹੀ ਹਰੀ ਝੰਡੀ ਮਿਲਦੀ ਅਸੀਂ ਇਹਨਾਂ ਤੇ ਮਾਣ ਹਾਨੀ ਦਾ ਕੇਸ ਠੋਕਾਂਗੇ। ਵੈਸੇ ਉਹ ਇੱਕ ਚੈਨਲ ਤੇ ਇਹੋ ਜਿਹਾ ਉਹਨਾਂ ਦੇ ਵਿੱਚੋਂ ਕੌਮੀ ਚੈਨਲ ਆ, ਜਿਹੜਾ ਹਰੇਕ ਤਮਾਹੀ ਹਰੇਕ ਛਮਾਹੀ ਅਦਾਲਤ ਤੋਂ ਜਾਂ ਕਿਸੇ ਅਥਾਰਟੀ ਤੋਂ ਇਹ ਹੁਕਮ ਪ੍ਰਾਪਤ ਕਰਦਾ ਕਿ ਹੁਣ ਤੂੰ ਇਹਦੇ ਤੋਂ ਮਾਫ਼ੀ ਮੰਗੇਗਾ, ਹੁਣ ਤੂੰ ਇਹਦੇ ਤੋਂ ਮਾਫ਼ੀ ਮੰਗੇਗਾ। ਤੋ ਉਹ ਇਹਨਾਂ ਕੰਮਾਂ 'ਚ ਹੀ ਰਹਿੰਦੇ ਆ, ਪਰ ਕਰਦੇ ਕਰਾਉਂਦੇ ਕੁਛ ਨਹੀਂ ਹੈ, ਸ਼ਰਮ ਨੂੰ ਹੱਥ ਨਹੀਂ ਮਾਰਦੇ। ਤਾਂ ਇਹ ਵੀਡੀਓ ਜਿਹੜੀ ਉਹਨਾਂ ਨੇ ਪੋਸਟ ਕੀਤੀ ਜਾਂ ਫਿਰ ਮੁੜ ਕੇ ਨਸ਼ਰ ਕੀਤੀ, ਉਹ ਡਾਕਟਰੇਟ ਦੱਸੀ ਜਾ ਰਹੀ ਆ। ਮਤਲਬ ਇਹ ਆ ਕਿ ਜੋ ਕੀਤਾ ਜਾ ਰਿਹਾ ਅਸਲ ਵੀਡੀਓ ਉਹ ਦੇਖੀਏ ਤੇ ਉਹਦੇ ਵਿੱਚ ਜੈਕਾਰੇ ਲੱਗਦੇ ਪਏ ਬੋਲੇ ਸੋਹਣੇ ਆਉਂਦੇ। ਤਾਂ ਦੂਸਰੀ ਵੀਡੀਓ ਜਿਹੜੀ ਡਾਕਟਰੇਟ ਵੀਡੀਓ ਜਿਹਦੇ ਨਾਲ ਛੇੜਛਾੜ ਕੀਤੀ ਗਈ ਆ, ਉਹਦੇ 'ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਆ। ਤਾਂ ਇਹ ਇੱਕ ਬਹੁਤ ਵੱਡੀ ਸਾਜਿਸ਼ ਆ। ਤਾਂ ਸਾਜਿਸ਼ ਇਸ ਕਰਕੇ ਕਿਉਂਕਿ ਨਵਜੋਤ ਸਿੱਧੂ ਇਸ ਸਮੇਂ ਇਕੱਲਾ ਕਾਂਗਰਸ ਦਾ ਹੀ ਹੀਰੋ ਨਹੀਂ ਹੈ, ਨਵਜੋਤ ਸਿੱਧੂ ਆ ਜਿਹੜਾ ਉਹ ਗੈਰ ਕਾਂਗਰਸੀਆਂ ਦੇ ਵਿੱਚ ਵੀ ਹੀਰੋ ਬਣਿਆ ਪਿਆ, ਜਿਸ ਤਰ੍ਹਾਂ ਉਹਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਵਿੱਚ ਇੱਕ ਰੋਲ ਅਦਾ ਕੀਤਾ। ਤਾਂ ਇਹ ਤੋਂ ਸ਼ਾਇਦ ਇਹਨਾਂ ਦੇ ਚੜ ਮੱਠੀਆਂ ਕਿ ਰਾਹੁਲ ਗਾਂਧੀ ਦਾ ਉਹਨਾਂ ਪ੍ਰਭਾਵ ਨਹੀਂ ਪੈਂਦਾ ਪਿਆ ਕੰਪੇਨ ਦੇ ਵਿੱਚ ਜਿੰਨਾ ਕਿ ਨਵਜੋਤ ਸਿੱਧੂ ਪਾ ਰਿਹਾ। ਤਾਂ ਕਿਤੇ ਨਾ ਕਿਤੇ ਨਵਜੋਤ ਸਿੱਧੂ ਤੇ ਨਿਸ਼ਾਨਾ ਲਾਇਆ ਗਿਆ, ਕਾਂਗਰਸ ਤੇ ਨਿਸ਼ਾਨਾ ਲਾਇਆ ਗਿਆ, ਹੋ ਸਕਦਾ ਸਿੱਖਾਂ ਤੇ ਵੀ ਥੋੜੀ ਜਿਹੀ ਸੂਈ ਧਰੀ ਗਈ ਹੋਵੇ।
ਇਸ ਤਰ੍ਹਾਂ ਨਾਲ ਜੈਕਾਰਿਆਂ ਨੂੰ ਬਦਲਿਆ ਗਿਆ। ਤਾਂ ਇਹ ਇੱਕ ਬਹੁਤ ਸੰਵੇਦਨਸ਼ੀਲ ਮੁੱਦਾ, ਸੰਵੇਦਨਸ਼ੀਲ ਮੁੱਦਾ ਇਸ ਪੱਖ ਤੋਂ ਆ ਕਿ ਸਿਆਸਤ ਦੇ ਵਿੱਚ ਸਾਜ਼ਿਸ਼ਾਂ ਹੁੰਦੀਆਂ, ਸਿਆਸੀ ਸਾਜ਼ਿਸ਼ਾਂ ਦੇ ਵਿੱਚ ਜੇ ਮੀਡੀਆ ਹਿੱਸੇਦਾਰ ਬਣ ਗਿਆ, ਲੋਕ ਕਿੱਥੇ ਜਾਣਗੇ, ਲੋਕਤੰਤਰ ਕਿੱਥੇ ਜਾਊਗਾ, ਇਹ ਹਿਸਾਬ ਕਿਤਾਬ ਲਾ ਲਓ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਬਦਨਾਮੀ ਅਤੇ ਖੱਜਲ ਖੁਆਰੀ ਝੱਲਣ ਤੋਂ ਬਾਅਦ ਜਲੰਧਰ ਰੋਡਵੇਜ਼ ਡੀਪੂ ਨੇ ਨਵੇਂ ਹੁਕਮ ਦਿੱਤੇ। ਦੇਖੋ ਚੱਕਰ ਕੀ ਚੱਲਿਆ ਸੀਗਾ ਕਿ ਥੋੜੇ ਦਿਨ ਪਹਿਲਾਂ ਇਹਨਾਂ ਦੀ ਇੱਕ ਵੋਲਵੋ ਬੱਸ ਦੇ ਵਿੱਚੋਂ 2.5 ਕਿਲੋ ਹੈਰੋਇਨ ਫੜੀ ਗਈ। ਜਦੋਂ ਹੈਰੋਇਨ ਫੜੀ ਗਈ ਤਾਂ ਉਹ ਪੁਲਿਸ ਵਾਲਿਆਂ ਨੇ ਸਾਰੀਆਂ ਸਵਾਰੀਆਂ ਲਾ ਲਈਆਂ ਨੇ, ਦੱਸੋ ਭਾਈ ਕਿਹਦੀ ਆ, ਹੁਣ ਕਿਹੜਾ ਦੱਸੇ, ਕਿਹੜਾ ਮੌਤ ਨੂੰ ਮਾਫ਼ੀ ਆਖੇ, ਕੋਈ ਕਹੇ ਕਿ ਮੇਰੀ ਨੀ ਹੈ ਜੀ, ਮੇਰਾ ਸਮਾਨ ਨੀ ਹੈ, ਮੇਰਾ ਸਮਾਨ ਨੀ। ਅੰਤ ਦੇ ਵਿੱਚ ਉੱਥੇ ਕੋਈ ਇੱਕ ਵਿਦੇਸ਼ੀ ਬੈਠਾ ਸੀਗਾ, ਖਾਸ ਤੌਰ ਤੇ ਅਫਰੀਕੀ ਮੂਲ ਦੇ ਸਟੂਡੈਂਟ, ਤੁਹਾਨੂੰ ਪਤਾ ਹੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਜ਼ਿਆਦਾ ਲਿਪਤ ਪਾਏ ਜਾਂਦੇ ਆ। ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਹੋ ਨਾ ਹੋ ਇਹੀ ਹੋ ਸਕਦਾ। ਤਾਂ ਫਿਰ ਉਹਨਾਂ ਨੇ ਕੀ ਕੀਤਾ ਕਿ ਸਾਰੀ ਬੱਸ ਵਲ ਕੇ ਥਾਣੇ ਲੈ ਗਏ, ਸਾਰੀ ਬੱਸ ਜਿਹੜੀ ਆ ਵਲ ਕੇ ਲੈ ਗਏ, ਸਾਰੀਆਂ ਸਵਾਰੀਆਂ ਉੱਥੇ ਲੈ ਗਏ। ਤਾਂ ਫਿਰ ਬਾਅਦ ਦੇ ਵਿੱਚ ਪੁੱਛਗਿੱਛ ਬਰੀਕੀ ਨਾਲ ਕੀਤੀ ਤੇ ਬੰਦਾ ਉਹੀ ਅਫਰੀਕੀ ਮੂਲ ਦਾ ਨਿਕਲਿਆ। ਪਰ ਖੱਜਲ ਖੁਆਰੀ ਬੜੀ ਹੋਈ ਉਸ ਵੋਲਵੋ ਦੀ, ਬਹੁਤ ਜ਼ਿਆਦਾ ਬਦਨਾਮੀ ਹੋਈ ਜਿਹੜੀ ਜਲੰਧਰ ਡੀਪੂ ਦੀ ਸੀ। ਤਾਂ ਜਲੰਧਰ ਡੀਪੂ ਵਾਲਿਆਂ ਨੇ ਹੁਣ ਇਹ ਹੁਕਮ ਦਿੱਤਾ, ਫਰਮਾਨ ਜਾਰੀ ਕੀਤਾ ਕਿ ਜਿਹੜਾ ਵੀ ਸਮਾਨ ਰੱਖਿਆ ਜਾਊਗਾ, ਜਿੱਦਾਂ ਵੋਲਵੋ ਦੀ ਡਿੱਗੀ ਦੇ ਵਿੱਚ ਬਹੁਤ ਸਾਰਾ ਸਮਾਨ ਰੱਖਿਆ ਜਾਂਦਾ, ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਤੇ ਜਾਂ ਇੱਕ ਥਾਂ ਤੋਂ ਦੂਸਰੇ ਮੁਕਾਮ ਤੇ ਪਹੁੰਚਾਇਆ ਜਾਂਦਾ, ਤਾਂ ਉਹ ਜਿਹੜਾ ਸਮਾਨ ਰੱਖਿਆ ਜਾਊਗਾ ਉਹਦੇ ਤੇ ਬਕਾਇਦਾ ਪਹਿਲਾਂ ਸੀਟ ਨੰਬਰ ਲੱਗੂਗਾ ਕਿ ਇਸ ਸੀਟ ਨੰਬਰ ਦੀ ਸਵਾਰੀ ਦਾ ਇਹ ਸਮਾਨ ਵਾ। ਤਾਂ ਇਹਨਾਂ ਨੇ ਇਹ ਹੁਕਮ ਜਾਰੀ ਕੀਤਾ। ਪਰ ਮੇਰੇ ਖਿਆਲ ਦੇ ਨਾਲ ਦੂਸਰਿਆਂ ਤੇ ਵੀ ਇਹ ਹੁਕਮ ਜਾਰੀ ਕਰ ਦੇਣਾ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਬੱਸਾਂ ਦੇ ਵਿੱਚ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਆ ਜਿਹੜਾ ਕੋਈ ਮੁੜ ਕੇ ਮਾਲਕ ਹੀ ਨੀ ਬਣਦਾ। ਪਰ ਰੌਲਾ ਇਹ ਆ, ਇਹਦੇ ਸਵਾਰੀਆਂ ਦੀ ਕਹਾਣੀ ਹੋਈ, ਇਹਨਾਂ ਦੇ ਆਪਣੇ ਬੰਦੇ ਵੀ ਇੱਕ ਰਿਆਇਤ ਸਾਡੇ ਲਾਗੇ ਭੁੱਕੀ ਰਹੀ ਜਾਂਦੇ ਸੀ ਰੋਡਵੇਜ਼ ਵਾਲੇ, ਉਹਨਾਂ ਨੂੰ ਨਾਕਾ ਲਾ ਕੇ ਪੁਲਿਸ ਨੇ ਫੜਿਆ ਸੀ, ਉਹ ਡਰਾਈਵਰ ਕੰਡਕਟਰ ਹੀ ਫੜੇ ਗਏ ਸੀ। ਤਾਂ ਆਪਦੇ ਬੰਦਿਆਂ ਦਾ ਵੀ ਸੁਧਾਰ ਕਰਨਾ ਪਊਗਾ। ਪਰ ਮੇਰੇ ਖਿਆਲ ਦੇ ਨਾਲ ਇਹ ਪਾਲਿਸੀ ਇਹਨਾਂ ਦੀ ਸਹੀ ਆ, ਇਸ ਤਰ੍ਹਾਂ ਦੇ ਜਿਹੜੇ ਪ੍ਰੀਕੋਸ਼ਨਸ ਨੇ ਉਹ ਕਰਨੇ ਚਾਹੀਦੇ ਆ। ਜੀ ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਅੰਮ੍ਰਿਤਸਰ ਵਿੱਚ ਪੁਲਿਸ ਦੀ ਸ਼ਾਮਤ, ਥਾਣੇ ਵਿੱਚ ਲੁੱਕ ਕੇ ਜਿਹੜੀ ਜਾਨ ਬਚਾਈ। ਦੇਖੋ ਉੱਥੇ ਸ਼ਹਿਰ ਤਾਂ ਆ ਅੰਮ੍ਰਿਤਸਰ ਦੇ ਲਾਗੇ, ਤੇ ਥੋੜੇ ਦਿਨਾਂ ਦੇ ਵਿੱਚ ਉੱਥੇ 4-5 ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਹਨਾਂ ਦੇ ਵਿੱਚ ਇੱਕ ਸੁਖਪਾਲ ਖਹਿਰੇ ਦੇ ਧੜੇ ਦਾ ਆਗੂ ਵੀ ਰਗੜਿਆ ਗਿਆ, ਉਹਦੇ ਵੀ 2-3 ਗੋਲੀਆਂ ਮਾਰੀਆਂ ਨੇ। ਹਾਲੇ ਤੱਕ ਮੇਰੇ ਖਿਆਲ ਦੇ ਨਾਲ ਉਹ ਗ੍ਰਿਫਤਾਰੀਆਂ ਵੀ ਨਹੀਂ ਹੋਈਆਂ ਉਸ ਮਾਮਲੇ ਦੇ ਵਿੱਚ, ਤੇ 3-4 ਘਟਨਾਵਾਂ ਵਾਪਰੀਆਂ ਉੱਪਰ ਥੱਲੀ 2 ਦਿਨਾਂ ਦੇ ਵਿੱਚ ਫਾਇਰਿੰਗ ਦੀਆਂ 2 ਘਟਨਾਵਾਂ ਵਾਪਰੀਆਂ। ਤੇ ਤਾਜ਼ਾ ਘਟਨਾ ਇਹ ਸੀ ਕਿ ਇੱਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ, ਪਰ ਉਲਟਾ ਹੋਇਆ ਕੀ ਆ ਕਿ ਜਿਹੜਾ ਸ਼ਿਕਾਇਤ ਕਰਤਾ ਸੀ ਜਾਂ ਪੀੜਿਤ ਸੀਗਾ ਉਹਨੂੰ ਹੀ ਚੱਕ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ, ਉਹਦੇ ਖਿਲਾਫ਼ ਵੀ ਮਾਮਲਾ ਦਰਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਜਿਹੜੇ ਲੋਕ ਉਹਦੇ ਨੇੜਲੇ ਸੀਗੇ ਜਾਂ ਉਹਦੇ ਹੋਰ ਇਲਾਕੇ ਦੇ ਲੋਕ ਸੀਗੇ, ਉਹਨਾਂ ਨੇ ਇਕੱਤਰ ਹੋ ਕੇ ਥਾਣੇ ਦੇ ਵਿੱਚ ਇਹ ਪਥਰਾਅ ਕੀਤਾ ਤੇ ਪੁਲਿਸ ਗੇਟ ਬੰਦ ਕਰਕੇ ਬਚੀ ਆ, ਮਸਾਂ ਬਚੀ ਆ। ਪਰ ਬਾਅਦ ਦੇ ਵਿੱਚ ਫਿਰ ਸਭ ਕੁਛ ਠੀਕ ਹੋ ਗਿਆ, ਉਹ ਜਿਵੇਂ ਆਉਂਦੇ ਹੁੰਦੇ ਕਿ 100 ਛਿੱਤਰ ਵੀ ਖਾਧਾ 100 ਗੰਢਾ ਵੀ ਖਾਣਾ ਪਿਆ। ਤਾਂ ਮੁੜ ਕੇ ਉਸ ਮੁੰਡੇ ਨੂੰ ਵੀ ਛੱਡ ਦਿੱਤਾ, ਦੂਸਰੇ ਜਿਹੜੇ 4 ਬੰਦੇ ਸੀ ਉਹ ਅਰੈਸਟ ਵੀ ਕਰ। ਤਾਂ ਇਹ ਪੁਲਿਸ ਦੀ ਵੀ ਜਿਹੜੀ ਦੂਜੀ ਮਾਰ ਕੁਟਾਈ ਆ 2 ਦਿਨਾਂ ਦੇ ਅੰਦਰ ਅੰਦਰ, ਕਿਉਂਕਿ ਕੱਲ੍ਹ ਵੀ ਮਾਰ ਕੁਟਾਈ ਹੋਈ ਆ ਸ਼ੈਟਾ ਦੇ ਵਿੱਚ, ਉੱਥੇ ਇੱਕ ਮੁੰਡਾ ਮਰ ਗਿਆ ਇਹਨਾਂ ਦੀ ਹਿਰਾਸਤ ਦੇ ਵਿੱਚ, ਤਾਂ ਉਹਨਾਂ ਦੇ ਮਾਪਿਆਂ ਨੇ ਇਹਨਾਂ ਦੇ ਸਿਰ ਪਾੜ ਕੱਟੇ। ਤਾਂ ਇਹ ਜਿਹੜਾ ਸਭ ਕੁਛ ਚੱਲਦਾ ਪਿਆ ਇਸ ਪਾਸੇ ਤਵੱਜੋ ਦੇਣ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ 'ਚ ਕੀ ਕੁਛ ਹੋ ਰਿਹਾ ਉਹ ਦੇਖਦਾ, ਫਿਰ ਦਿੱਲੀ 'ਚ ਕੀ ਹੋ ਰਿਹਾ ਉਹ ਸਾਰਾ ਕੁਛ ਦੇਖਦਾ, ਕਸ਼ਮੀਰ 'ਚ ਕੀ ਹੋ ਰਿਹਾ ਸਾਰਾ ਕੁਛ ਦੇਖਦਾ, ਪਰ ਉਹਦੇ ਇੱਥੇ ਘਰ ਦੇ ਵਿੱਚ ਕੀ ਹੋ ਰਿਹਾ ਉਹਨੂੰ ਨਹੀਂ ਦੇਖਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਸ਼ਹਿਰਤਾ ਦੇ ਵਿੱਚ ਆ 4-5 ਦਿਨਾਂ ਦੇ ਅੰਦਰ ਅੰਦਰ 4-5 ਫਾਇਰਿੰਗ ਦੀਆਂ ਘਟਨਾਵਾਂ ਵਾਪਰਦੀਆਂ। ਔਰ ਪੁਲਿਸ ਕਿੱਦਾਂ ਦਾ ਰੋਲ ਅਦਾ ਕਰਦੀ ਪਈ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਕਿ ਉਹਨਾਂ ਦੀ ਇੱਜ਼ਤ ਵੀ ਖਿਲਰੀ ਪਈ ਆ ਤੇ ਉਹਨਾਂ ਦੀ ਪੱਗ ਵੀ ਖਿਲਰੀ ਪਈ ਆ। ਜੀ ਜੀ ਜੀ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ, ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸਨ ਨਿੱਘੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ।